ਆ ਦੇਖੋ 19000 ਰੁਪਏ ਦਾ ਤੇ ਇਹ ਲਿਆਂਦਾ ਅਸੀਂ 1400 ਰੁਪਏ ਦਾ ਸਾਰਾ ਹਾਂ ਇਹਦਾ ਕਰਦੇ ਆ ਨਾਲੇ ਤੁਹਾਨੂੰ ਨਾ ਮੈਂ ਕੱਲੀ ਕੱਲੀ ਚੀਜ਼ ਦੱਸਦਾ ਵੀ ਦੁਕਾਨ ਵਾਲੇ ਲੁੱਟਦੇ ਕਿਵੇਂ ਆ ਆਹ ਚੀਜ਼ ਦੇਖਾਂ ਆਹ ਵੀ ਚੀਜ਼ ਦੱਸਣੀ ਆ ਤੁਹਾਡੀ ਪਟਾਕੇ ਦਾ ਲੈਣ ਜਾਣੀਆਂ ਦੁਕਾਨਾਂ ਤੇ ਕਿਹੜੀ ਚੀਜ਼ ਦਾ ਧਿਆਨ ਰੱਖਣਾ ਅੱਜ ਹਰਸ਼ ਮੇਰਾ ਛੋਟਾ ਭਰਾ ਗਿਆ ਆਹ ਪਟਾਕੇ ਰਹਿਣਾ ਦਿਖਾਈ ਥੱਲੇ ਮਾਰੀ ਆ ਲਿਆਇਆ ਠੀਕ ਆ ਪਤਾ ਨਹੀਂ ਕਿੰਨੇ ਦੇ ਲਿਆਇਆ ਖਾਸੇ ਪੈਸੇ ਫੁੱਕ ਕੇ ਆਇਆ 50-60000 ਪਹਿਲਾਂ ਫੁੱਕਦਾ ਇਹ ਇੱਧਰ ਇੱਧੇ ਦਾ ਪਏ ਆ ਹਜੇ ਤਾਂ ਚੱਲ ਕੋਈ ਨਹੀਂ ਆ ਇੱਧਰ ਵੀ ਪਏ ਆ ਹਜੇ ਆਪਣੇ ਅਮਰ दुकानदार कहू थो 200 रुपया डिस्काउंट ला के हजार प्रिंट रेट कि 1236 ते असी ये किन्ने दा लिया 250 रुपए दा सिर्फ ही ये आपां नूं 1 20 रुपए दा मिलदा उत्थों आपां नूं 100 दे 10 मिले आ ये ये नहीं आ आ लिया आ जी देखो भाई किन्ने दा पहला रेट दस आ चलो ये मैं लेके आवां 600 रुपए दा 600 दा प्रिंट रेट किन्ना है ना आ देखियो दिखा 1800 रुपया प्रिंट रेट हैगा 1800 250 ਦਾ ਬਾਈ ਇਹਦਾ ਪ੍ਰਿੰਟ ਰੇਟ ਕਿੰਨਾ 690 ਰੁਪਏ 700 ਰੁਪਏ ਦਾ ਇਹ ਆਪ ਦੁਕਾਨ ਤੋਂ ਜੇ ਮਿਲੂ ਤੁਹਾਨੂੰ ਬਾਲਾ ਵੀ ਨਹੀਂ ਯਾਰ ਜੇ ਤੁਹਾਨੂੰ ਕੋਈ ਕਹਿ ਦੇਵੇ 300 ਤੁਸੀਂ ਲੈ ਲੋਗੇ ਉਹ ਵੀ ਬੰਬੀ ਡੇ ਘੈਣ ਘੈਂਟ ਆ ਇਹ ਚੀਚੀ ਇਹੋ ਜੀ ਹਣ ਪਤਾ ਕੀ ਆ ਉਹ ਯਾਰ ਲੋਕੀ ਨਾ ਉਹ ਮੇਰੇ ਵਰਗਾ ਬੰਦਾ ਮੈਂ ਦੁਕਾਨ ਤੇ ਹੋ ਮੇਰੇ ਪ੍ਰਿੰਟ ਰੇਟ ਲਿਖਿਆ 1000 ਜੇ ਮੈਂ ਦੁਕਾਨਦਾਰ ਕੋ ਬਾਈ 1000 ਨਹੀਂ 500 ਦੇ ਦੇ ਮੈਂ ਖੁਸ਼ੀ ਖੁਸ਼ੀ ਲੈ ਕੇ ਹੋਰ ਬੰਦਾ ਲੈ ਫਿਰ ਵੀ ਬੰਦਾ ਲੁੱਟਿਆ ਇਹਦਾ ਪਤਾ ਤਾਂ ਹੋਣ ਲੱਗਦਾ ਹੁਣ ਆਹ ਦੇਖੋ ਮੈਂ ਬਾਈ ਪਿਛਲੀ ਦੀਵਾਲੀ ਤੇ ਨਾ ਇਹ ਨਾਰਮਲ ਮਾਰਕੀਟ ਵਿੱਚੋਂ ਖਰੀਦੇ ਸੀਗੇ ਇਹ ਮੈਨੂੰ ਪਏ ਸੀ 500 ਰੁਪਏ ਦੇ 400 ਦਾ 500 ਦਾ ਤੇ ਇਹ ਮੈਨੂੰ ਮਿਲਿਆ ਵਾ 250 ਰੁਪਏ ਦਾ ਕਿੰਨਾ ਲਿਖਿਆ ਪ੍ਰਿੰਟ ਰੇਟ ਇਹਦਾ ਪ੍ਰਿੰਟ ਰੇਟ ਦਾ ਬੋਲ ਲਿਖਿਆ ਹੋਣਾ ਅੱਜ ਨੂੰ ਹੁਣੇ ਪਤਾ ਸਾਰੇ ਸਾਰੀ ਦੁਕਾਨ ਹੀ ਚੱਕ ਲਿਆ ਕੋਈ ਸੱਜਿਆ ਕੀ ਆ ਪਟਾਕਾ ਇਹਦਾ ਪ੍ਰਿੰਟ ਰੇਟ ਲਿਖਿਆ ਹੋਇਆ ਆਏ 450 ਰੁਪਏ ਲਿਖਿਆ ਹੋਇਆ 250 ਦਾ ਮਿਲਿਆ 450 ਪ੍ਰਿੰਟ ਰੇਟ ਆ ਤੂੰ 250 ਦਾ ਲਿਆ ਅੱਧੋ ਅੱਧ ਦਾ ਫਰਕ ਆ ਫੇਰ ਤਾਂ ਦੁਕਾਨ ਦਾ ਲੁੱਟਦੀ ਹੋਦਾ ਉਹ ਲੁੱਟਦੇ ਆ ਉਹ ਮੈਂ ਲੱਗਦਾ ਇਸ ਹਿਸਾਬ ਦਾ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਵੀ ਜਾਈ ਹੁੰਦਾ ਇਹ ਤਾਂ ਫਿਰ ਵੀ ਠੀਕ ਆ ਖਾਣ ਪੀਣ ਦਾ ਤਾਂ ਹੋਣਾ ਹੀ ਹੋਣਾ ਵਾ ਮਠਿਆਈਆਂ ਤੁਹਾਨੂੰ ਪਤਾ ਆ ਜਾਂਦੀਆਂ ਹੋਰ ਕਿਹੜਾ ਰਹੀ ਆ ਜਾਂਦੀਆਂ ਉਹ ਦੇਖ ਲੈ ਆਹ ਫੇਰ ਤਾਂ ਬਹੁਤ ਪਈਆਂ ਨੇ ਆਹ ਦੇ ਆ ਦੇ ਆ ਵਾਹ ਇਹ ਆ ਬਾਈ ਆਸ਼ਤਬਾਜੀ ਠੀਕ ਆ ਤੁਹਾਨੂੰ ਇਹਦਾ ਰੇਟ ਵੀ ਦਿਖਾਉਣਾ ਵਾ ਇੰਦਰ ਨੇ ਲਿਖਿਆ 1200 ਰੁਪਏ ਤੇ 1200 ਰੁਪਏ ਤੂੰ ਕਿੰਨੇ ਦੀ ਲਿਆਇਆ ਇਹ ਮੈਂ ਲੈ ਕੇ ਆ ਸਾਰੀ 150 ਰੁਪਏ ਦੀ ਕਿੰਨੇ ਦੀ 150 ਦੀ ਇੱਕ ਉਹ ਬਾਈ ਆਲਾ ਸਰੀ ਲਾ ਕੇ ਆ ਯਾਰ ਪੂਰੇ ਆਈ ਹੁਣ ਯਾਰ ਸੱਚੀ 1200 ਲਿਖਿਆ ਤੂੰ ਆ 1200 ਲਿਖਿਆ ਯਾਰ ਰੇਟ 1240 ਹਾਂ ਤੇ ਤੂੰ ਇਹ ਇੱਕ ਲੈ ਕੇ ਆਇਆ 150 ਰੁਪਏ ਦਾ ਬਾਈ ਮੈਂ ਬਾਈ ਸੌ ਲੱਗੇ ਜੇ ਤੁਸੀਂ ਇਹਦੇ 1200 ਲਾਓਗੇ ਯਾਰ ਮੈਂ ਕਹਿੰਦਾ ਹੁਣ ਮੈਂ ਤਾਂ ਇੱਕ ਗੱਲ ਸੁਣੋ ਬਾਈ ਜਿਹਨੂੰ ਪਟਾਕੇ ਨਹੀਂ ਮਿਲਦੇ ਅਸੀਂ 150 ਦੀ ਲਿਆਏ ਆ 300 ਰੁਪਏ ਦੀ ਲੈ ਲਓ 300 ਰੁਪਏ ਦੀ ਤੈਨੂੰ ਆ ਕਿੰਨੇ ਦੀ ਲਾਤੀ ਆ ਕਿੰਨੇ ਦਾ ਲਾਤਾ ਇਹ ਕੀ ਬਾਈ ਤੇ ਹੁਣ ਮੈਂ ਤੁਹਾਨੂੰ ਦੱਸਾਂ ਇਹਦਾ ਰੇਟ ਇਹ ਘੱਟੋ ਘੱਟ ਬਾਈ ਹੋਊ ਕਿਉਂਕਿ ਆ ਤਾਂ ਛੋਟੇ ਮੋਟੇ ਆਪਾਂ ਲੈ ਸਾਰੇ ਲੈ ਉਹਦੇ ਵਿਆਹ ਤੇ ਆਪਣੇ ਯਾਰ ਦੋਸਤ ਦੇ ਕਿੰਨੇ ਦੀ ਲੈ ਕੇ ਆਈ ਯਾਦ ਕਰ ਬਾਈ ਹੁਣ ਇਹ ਹੋਊ 2000 ਦਾ ਚੱਲ ਹੋ ਗਿਆ ਫਿਰ ਹੋ ਗਿਆ ਹੋਰ ਹੋ ਗਿਆ 1500 मैक्सिमम प्राइस रेट देखो 19000 रुपये का4000 रुपए का मैं हैरान हो गया दो ही ले जा रहे मार्जिन कितना 200% किथे 1400% मार्जिन ते यार मैं सीधी आ थोनू मोटा मोटा ना तत कट के दसदा एदी एमआरपी देना जायो
जे तुसी एम आर पी ते चले गए हुण आ 19000 दा यार आहा 19000 एम आर पी आ कहिंदे 4 लियांदा सी 1400 च जे थोनू दुकान वाला एम आर पी दिखा के कहूगा ना भी 10000 च ही लै जो ता भी देख लो किन्ने लुट्टे गए होर जिहड़े इहनू नहीं रेट पता बाहरों भी कई आउंदे ने लै लो यार की है क्योंकि ए असी वीडियो ता पाई आ भी साडे लोकां नू जागरूक कर दिए एवें दिवाली दे दिनां च लुट्टे आए होर लुट्टे जांदे आ।